ਅੱਜ ਅਸੀਂ ਗੁਰੂ ਦੀ ਨਗਰੀ ਆਸ਼ੀਰਵਾਦ ਲੈਣ ਆਏ ਹਾਂ ਕਿਉਂਕਿ ਸਾਡੀ ਫਿਲਮ ਆਈ ਹੈ ਜੀ, ਆ ਰਹੀ ਹੈ 15 ਮਾਰਚ ਨੂੰ ਬੈਂਡ ਵਾਜੇ ਜੀ। ਸੋ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਇਜਾਜ਼ਤ ਲੈਣ ਆਏ ਸੀਗੇ ਜੀ। ਹਮੇਸ਼ਾ ਆਸ਼ੀਰਵਾਦ ਮਿਲਦਾ ਔਰ ਅੰਮ੍ਰਿਤਸਰ ਸਾਹਿਬ ਦੇ ਸਾਰੇ ਨਿਵਾਸੀਆਂ ਦਾ ਬੜਾ ਆਸ਼ੀਰਵਾਦ ਮਿਲਦਾ ਕਿ ਔਰ ਸਭ ਤੋਂ ਵੱਧ ਗਰੋਥ ਸਾਡੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਹੁੰਦੀ ਹੈ। ਜਿੰਨੇ ਵੀ ਇੱਥੇ ਸਾਨੂੰ ਪਿਆਰ ਕਰਨ ਵਾਲੇ, ਸਾਨੂੰ ਚਾਹੁਣ ਵਾਲੇ ਨੇ, ਉਹਨਾਂ ਮੂਹਰੇ ਮੇਰਾ ਸਿਰ ਝੁਕਦਾ ਜੀ। ਇੱਦਾਂ ਹੀ ਸਪੋਰਟ ਕਰਦੇ ਰਹੋ ਪੰਜਾਬੀ ਸਿਨੇਮਾ ਨੂੰ। ਸਾਡੀ ਫਿਲਮ ਜਿਹੜੀ ਬੈਂਡ ਵਾਜੇ ਜੀ, ਬੜੀ ਪਿਆਰੀ ਮੂਵੀ ਹੈ ਜੀ। ਇਹ ਫੁੱਲ ਔਨ ਕਮੇਡੀ ਮੂਵੀ ਹੈਗੀ ਆ। ਸਮੀਪ ਕੰਗ ਸਾਹਿਬ ਨੇ ਇਹਨਾਂ ਨੂੰ, ਇਸ ਮੂਵੀ ਨੂੰ ਡਾਇਰੈਕਟ ਕੀਤਾ ਜੀ। ਅਤੇ ਫੁੱਲ ਔਨ ਕਮੇਡੀ ਮੂਵੀ ਜਿਹਦੇ ਵਿੱਚ ਤੁਹਾਡੇ ਸਾਰੀ ਪਸੰਦੀਦਾ ਕਲਾਕਾਰ ਮੇਨ ਲੀਡ ਦੇ ਵਿੱਚ, ਜਿੱਦਾਂ ਮੈਂਡੀ ਤੱਖਰ ਜੀ ਹੈਗੇ ਨੇ, ਗੁਰਪ੍ਰੀਤ ਘੁੱਗੀ ਸਾਹਿਬ ਹੈਗੇ ਨੇ ਜੀ, ਜਸਵਿੰਦਰ ਭੱਲਾ ਸਾਹਿਬ, ਨਿਰਮਲ ਰਿਸ਼ੀ ਮੈਡਮ ਜੀ, ਸੀਮਾ ਕੌਸ਼ਲ ਜੀ, ਰੁਪਿੰਦਰ ਰੂਪੀ ਜੀ, ਜੱਗੀ ਤੂਰੀ ਐਂਡ ਰੂਪੀ ਸਰੀ ਤੋਂ, ਹੈ ਨਾ ਜੀ, ਰੂਪੀ ਸ਼ਰਮਾ ਜੀ, ਸਾਰੀ ਪਸੰਦੀਦਾ ਕਲਾਕਾਰ ਤੁਹਾਡੇ ਇਸ ਮੂਵੀ ਦੇ ਵਿੱਚ ਹੈਗੇ ਨੇ। ਇਸ ਮੂਵੀ ਨੂੰ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਮਾਣ ਸਕਦੇ ਹੋ। ਫੁੱਲ ਔਨ ਕਮੇਡੀ ਮੂਵੀ, ਜੇ ਤੁਸੀਂ ਪਹਿਲਾਂ ਕੈਰੀਓਨ ਜੱਟਾਂ 'ਤੇ ਵਧਾਈਆਂ 'ਚ ਲਿਟ ਲਿਟ ਕੇ ਐਂ ਢਿੱਡ ਫੜ ਫੜ ਕੇ ਹੱਸੀ ਜੀ, ਇਹਦੇ ਛਾਲਾਂ ਮਾਰ ਮਾਰ ਕੇ ਹੱਸੋਗੇ, ਸੀਟ ਬੈਲਟਾਂ ਨਾਲ ਲੈ ਕੇ ਜਾਵੇ, ਇਸ ਗੱਲ ਦੀ ਗਰੰਟੀ ਤੁਹਾਨੂੰ ਬੇਹੱਦ ਪਸੰਦ ਆਉਣ ਵਾਲੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਇਹ ਮੂਵੀ ਪਸੰਦ ਆਊਗੀ। ਔਰ ਬੜਾ ਪਿਆਰਾ ਥੀਮ ਹੈ। ਇੱਕ ਹੁੰਦੀ ਹੈ ਵੀ ਆਪਾਂ ਬੇਤੁਕੀ ਕਮੇਡੀ ਕਰਦੇ ਹਾਂ ਕਈ ਵਾਰੀ, ਵੀ ਗੈਗਸ ਪਾ ਕੇ, ਉੱਦਾਂ ਦਾ ਸਿਸਟਮ ਨਹੀਂ ਹੈਗਾ। ਪੂਰੀ ਇੱਕ ਵਨ ਲਾਈਨ ਹੈਗਾ, ਪੂਰੀ ਇੱਕ ਸਟੋਰੀ ਹੈ, ਸਕ੍ਰਿਪਟ ਦੇ ਦਾਇਰੇ ਦੇ ਵਿੱਚ ਰਹਿ ਕੇ ਕਮੇਡੀ ਕੀਤੀ ਗਈ ਹੈ। ਔਰ ਡਬਲ ਮੀਨਿੰਗ ਨਾ ਤਾਂ ਪਹਿਲਾਂ ਕਦੇ ਯੂਜ਼ ਕੀਤਾ ਜੀ, ਹਮੇਸ਼ਾ ਹੀ ਇਹਨਾਂ ਗੱਲਾਂ ਤੋਂ ਗਰੇਜ਼ ਕਰਦੇ ਹਾਂ ਆਪਾਂ। ਅਤੇ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਜੀ। 15 ਮਾਰਚ ਨੂੰ ਬੈਂਡ ਵਾਜੇ ਸਾਡੀ ਮੂਵੀ ਆ ਰਹੀ ਹੈ, ਜਾ ਕੇ ਸਿਨੇਮਾ ਘਰ ਦੇ ਵਿੱਚ ਇਸ ਮੂਵੀ ਨੂੰ ਮਾਣੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਰੋਲ ਆਈ ਥਿੰਕ ਰਾਈਟ ਟਾਈਮ 'ਤੇ ਆਇਆ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਂ ਚਾਹੁੰਦੀ ਰਹਿੰਦੀ ਹਾਂ ਕਿ ਇੱਕ ਐਕਟਰ ਦੇ ਹੋਣ ਨਾਤੇ ਮੈਂ ਵੇਰੀਏਸ਼ਨ ਲੈ ਕੇ ਆਵਾਂ ਆਪਣੀ ਪਰਫੋਰਮੈਂਸਿਸ ਵਿੱਚ, ਆਪਣੀ ਫਿਲਮਾਂ ਦੇ ਜੋਨਰਸ ਵਿੱਚ। ਸੋ ਮੈਨੂੰ ਬਹੁਤ ਚਾਹਤ ਸੀ ਕਿ ਕੌਮੇਡੀ, ਇੱਕ ਆਊਟ ਐਂਡ ਆਊਟ ਕੌਮੇਡੀ ਫਿਲਮ ਦਾ ਮੈਂ ਹਿੱਸਾ ਬਣਾਂ। ਅਤੇ ਮੇਰੇ ਲਈ ਆਈ ਥਿੰਕ ਕੌਮੇਡੀ ਦੁਬਾਰਾ ਕਰਨ ਦਾ ਇਸ ਤੋਂ ਵਧੀਆ ਮੌਕਾ, ਇਸ ਤੋਂ ਸੁਨਹਿਰਾ ਮੌਕਾ ਨਹੀਂ ਹੋਣਾ ਸੀ। ਸਮੀਪ ਕੰਗ ਜੀ ਐਂਡ ਪੂਰੀ ਟੀਮ, ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਪਤਾ ਹੀ ਸਾਰੇ ਸਾਰੇ ਬਿੰਨੂ ਜੀ ਹੋ ਗਿਆ, ਭੱਲਾ ਜੀ, ਜਸਵਿੰਦਰ ਭੱਲਾ ਜੀ ਹੋ ਗਏ, ਆਪਣੇ ਘੁੱਗੀ ਜੀ, ਯੂ ਨੋ। ਸੋ ਜਦੋਂ ਇਹ ਸਾਰੇ ਇਕੱਠੇ, ਸੋਰੀ ਹਾਂ, ਮੈਂ ਇੱਥੇ ਦੁਬਾਰਾ ਦੇਖ ਲੈਂਦੇ ਹਾਂ ਕਿ ਆਪਣੇ ਜਿਹੜੀ ਪੂਰੀ ਟੀਮ ਹੈ, ਸਮੀਪ ਕੰਗ ਜੀ, ਕੌਮੇਡੀ ਕਿੰਗਸ ਵਿੱਚੋਂ ਵਨ ਨੇ, ਦੈਨ ਬਿੰਨੂ ਢਿੱਲੋਂ ਜੀ, ਜਸਵਿੰਦਰ ਭੱਲਾ ਜੀ, ਘੁੱਗੀ ਜੀ, ਜਦੋਂ ਸਾਰੇ ਇਕੱਠੇ ਹੋ ਕੇ ਇੱਕ ਫਿਲਮ ਬਣਾਉਂਦੇ ਨੇ, ਇਕੱਠੇ ਹੋ ਕੇ ਕੌਮੇਡੀ ਕਰਦੇ ਨੇ, ਯੂ ਨੋ, ਇਟਸ ਮੈਜੀਕਲ ਹੈ ਔਨ ਸਕਰੀਨ। ਸੋ ਬਹੁਤ ਖੁਸ਼ ਹਾਂ ਕਿ ਇਸ ਫਿਲਮ ਦਾ ਹਿੱਸਾ। ਹਾਂਜੀ, ਮੈਂ ਇਹੀ ਕਹਾਂਗੀ ਕਿ 15 ਮਾਰਚ ਨੂੰ ਜੋ ਸਾਰੀ ਫਿਲਮ ਆ ਰਹੀ ਹੈ ਬੈਂਡ ਵਾਜੇ, ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਜਾ ਕੇ ਦੇਖੋ, ਦਿਲ ਖੁਸ਼ ਕਰਨ ਵਾਲੀ ਫਿਲਮ ਹੈ। ਤੁਸੀਂ ਤ੍ਰਿਪਤ ਅਤੇ ਨਿਹਾਲ ਮਹਿਸੂਸ ਕਰੋਗੇ, ਤ੍ਰਿਪਤ ਅਤੇ ਨਿਹਾਲ ਹੋ ਕੇ ਸਿਨੇਮਾ ਘਰਾਂ ਵਿੱਚੋਂ ਵਾਪਸ ਆਓਗੇ। ਐਂਡ ਵਾਕਈ ਬਹੁਤ ਹਾਸਾ ਅਤੇ ਬਹੁਤ ਖੁਸ਼ੀ ਮਿਲੇਗੀ ਇਹ ਮੂਵੀ ਵੇਖ ਕੇ ਤੁਹਾਨੂੰ। ਸੋ ਬੈਂਡ ਵਾਜੇ 15 ਮਾਰਚ, ਅਤੇ ਜੇ ਤੁਹਾਨੂੰ ਵਧੀਆ ਲੱਗੀ ਫਿਲਮ ਤਾਂ ਪਲੀਜ਼ ਤੁਸੀਂ ਰੈਕਮੈਂਡ ਕਰਨਾ, ਆਪਣੇ ਫੈਮਿਲੀਜ਼ ਐਂਡ ਫਰੈਂਡਸ ਨੂੰ ਜ਼ਰੂਰ ਦੱਸਣਾ।